ਹਾਂਜੀ ਸਟੂਡੈਂਟਸ ਅੱਜ ਦੀ ਵੀਡੀਓ ਦਾ ਟੌਪਿਕ ਆ ਸਾਡਾ ਸ਼ਬਦ ਸ਼੍ਰੇਣੀਆਂ ਕੋਈ ਵੀ ਪਾਸ਼ਾ ਜਿਹੜੀ ਉਸ ਦੀ ਸ਼ਬਦਾਵਲੀ ਨੂੰ ਅਲੱਗ-ਅਲੱਗ ਜਿਹੜੇ ਨੇ ਢੰਗਾਂ ਨਾਲ ਵੰਡਿਆ ਜਾਂਦਾ ਜਾਂ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਤਾਂ ਇਹ ਅਲੱਗ-ਅਲੱਗ ਸ਼੍ਰੇਣੀਆਂ ਰੂਪ ਕਾਰਜ ਤੇ ਸਥਾਨ ਦੇ ਆਧਾਰ ਤੇ ਜਿਹੜੀਆਂ ਨੇ ਹੁੰਦੀਆਂ ਨੇ ਇਹ ਤਿੰਨਾਂ ਆਧਾਰ ਨੇ ਜਿਹੜੇ ਇਸ ਦੇ ਪੱਖੋਂ ਪੰਜਾਬੀ ਦੀ ਸਮੁੱਚੀ ਸ਼ਬਦਾਵਲੀ ਹੈ ਜਿਹੜੀ ਉਸ ਨੂੰ 9 ਸ਼ਬਦ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜਿਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਤੇ ਪਾਰਟਿਕਲਸ ਇਹਨਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਇਹ ਸਾਡੀਆਂ ਜਿਹੜੀ ਸਟੱਡੀ ਦਾ ਵਿਸ਼ਾ ਏ ਇੱਕ ਇੱਕ ਕਰਕੇ ਅਸੀਂ ਸਾਰੀ ਚੀਜ਼ ਕਰਨੀ ਆ ਤਾਂ ਇਸ ਲਈ ਚੈਨਲ ਦੇ ਨਾਲ ਬਨੇ ਰਹੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਕਰਨਾ ਚਾਹੀਦਾ ਏ ਮੈਨੂੰ ਮੋਟੀਵੇਸ਼ਨ ਦੇਣ ਲਈ ਕਮੈਂਟ ਕਰੋ ਲਾਈਕ ਕਰੋ ਅੱਗੇ ਵਧਿਆ ਵੀਡੀਓ ਦੇ ਵਿੱਚ ਰੂਪ ਦੇ ਆਧਾਰ ਤੇ ਜਿਹੜੀ ਪੰਜਾਬੀ ਸ਼ਬਦਾਵਲੀ ਹੈ ਉਸ ਨੂੰ ਨੌ ਭਾਗਾ ਵਿੱਚ ਵੰਡਿਆ ਗਿਆ ਏ ਸੌਰੀ ਦੋ ਭਾਗਾਾਂ ਦੇ ਵਿੱਚ ਵੰਡਿਆ ਗਿਆ ਏ ਵਿਕਾਰੀ ਤੇ ਅਵਕਾਰੀ ਹੁਣ ਇਹ ਨੌ ਜਿਹੜੇ ਨੇ ਇਹਨਾਂ ਅੱਗੇ ਤਿੰਨ ਜਿਹੜੇ ਰੂਪ ਕਾਰਜ ਤੇ ਸਥਾਨ ਇਹ ਤਿੰਨ ਨੇ ਜਿਹੜੇ ਇਹਨਾਂ ਨੂੰ ਅੱਗੇ ਅਸੀਂ ਉਹ ਕਰਾਂਗੇ ਰੂਪ ਦੇ ਆਧਾਰ ਤੇ ਕੀ ਇਹ ਦੋ ਪਾਗਾਂ ਚ ਵਿਕਾਰੀ ਤੇ ਅਵਕਾਰੀ ਸ਼ਬਦ ਵਿਕਾਰੀ ਸ਼ਬਦ ਉਹ ਨੇ ਜਿੰਨਾ ਦਾ ਰੂਪ ਲਿੰਗ ਵਚਨ ਤੇ ਕਾਲ ਅਨੁਸਾਰ ਬਦਲ ਜਾਂਦਾ ਹੈ ਜਿਵੇਂ ਘਰ ਤਾਤੂ ਤੋਂ ਘਰੀ ਕਰੇ ਕਰਾਂ ਆਦੀ ਜਿਹੜੇ ਹੋਰ ਸ਼ਬਦ ਹੋਣ ਚਾਹੁੰਦੇ ਨੇ ਇਸ ਸ੍ਰੇਣੀ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ ਨਾਮ ਪਰਨਾਮ ਵਿਸ਼ੇਸ਼ਣ ਤੇ ਕਿਰਿਆ ਇਹ ਸ਼ਬਦ ਆਉਂਦੇ ਨੇ ਇਸ ਦੇ ਵਿੱਚ ਜਿਹੜੇ ਅਵਿਕਾਰੀ ਸ਼ਬਦ ਨੇ ਇਹਨਾਂ ਦੇ ਵਿੱਚ ਉਹ ਸ਼ਬਦ ਜਿਨ੍ਹਾਂ ਦਾ ਰੂਪ ਲਿੰਗ ਵਚਨ ਤੇ ਕਾਲ ਅਨਸਾਰ ਨਹੀਂ ਬਦਲਦਾ ਜਿਵੇਂ ਤੇ ਹੈ ਸੀ ਲਾਲ ਨੇ ਨੂੰ ਆਦੀ ਹੋਰ ਕਈ ਸ਼ਬਦ ਨੇ ਜਿਹੜੇ ਅਗੇਤਰ ਜਾਂ ਪਿਛੇਤਰ ਲਾ ਕੇ ਵੀ ਨਹੀਂ ਨਵਾਂ ਸ਼ਬਦ ਬਣਾਉਂਦੇ ਜਿਨ੍ਹਾਂ ਨੂੰ ਅਵਿਕਾਰੀ ਸ਼ਬਦ ਜਿਹੜਾ ਇਹ ਕਿਹਾ ਜਾਂਦਾ ਹੈ ਇਸ ਸ਼੍ਰੇਣੀ ਚ ਕਿਹੜੇ-ਕਿਹੜੇ ਆਉਣਗੇ ਕਿਰਿਆ ਵਿਸ਼ੇਸ਼ਣ ਤੇ ਸਬੰਧਕ ਇਹ ਆਉਣਗੇ ਤੇ ਹੁਣ ਜੇ ਅਸੀਂ ਗੱਲ ਕਰੀਏ ਸ਼ਬਦਾਂ ਦੇ ਨੂੰ ਸ਼੍ਰੇਣੀਗਤ ਵੰਡਣ ਸ਼੍ਰੇਣੀਗਤ ਵੰਡ ਬਾਰੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਖੁੱਲੀ ਸ਼ਬਦ ਸ਼੍ਰੇਣੀ ਸ਼੍ਰੇਣੀਗਤ ਜੇ ਅਸੀਂ ਦੇਖੀਏ ਗੱਲ ਕਰੀਏ ਤੇ ਬੰਦ ਜਾਂ ਸੀਮਿਤ ਸ਼ਬਦ ਸ਼੍ਰੇਣੀ ਜਿਹੜੀ ਖੁੱਲੀ ਜਾਂ ਸੀਮਿਤ ਸ਼ਬਦ ਸ਼੍ਰੇਣੀ ਹੁੰਦੀ ਹੈ ਉਹ ਸ਼ਬਦ ਸ਼੍ਰੇਣੀ ਹੈ ਜਿਹਦੇ ਵਿੱਚ ਸ਼ਬਦਾਂ ਦੀ ਗਿਣਤੀ ਅਸੀਮਤ ਹੁੰਦੀ ਹੈ ਜਿਹੜੀ ਬੰਦ ਹੈ ਜਾਂ ਸੀਮਤਾ ਉਹ ਸ਼ਬਦ ਸ਼੍ਰੇਣੀ ਜਿਨ੍ਹਾਂ ਦੇ ਵਿੱਚ ਸ਼ਬਦਾਂ ਦੀ ਗਿਣਤੀ ਸੀਮਤ ਹੁੰਦੀ ਹੈ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਸੀਂ ਸ਼ਬਦ ਸ਼੍ਰੇਣੀਆਂ ਕੀਤੀਆਂ ਨੇ ਇਹਨਾਂ ਦਾ ਵਰਗੀਕਰਨ ਕੀਤਾ ਹੈ ਤੇ ਅੱਗੇ ਅਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਇਹਨਾਂ ਨੂੰ ਅੱਗੇ ਡਿਟੇਲ ਦੇ ਵਿੱਚ ਕਰਾਂਗੇ ਮਿਲਦੇ ਆਂ ਫਿਰ ਨੈਕਸਟ ਟਾਪਿਕ ਦੇ ਨਾਲ ਬਣੇ ਰਹੋ ਚੈਨਲ ਨਾਲ ওকে ਥੈਂਕਸ